सत श्री अकाल जी सारिआं नूं, गुड मॉर्निंग। ते इधर महफल जम गई अपने लंगर हाल दे विच, सारे जाने आपो अपने कमी धंधी लगे आ। ताबी जी डे आ रोटियां लाउण, ते प्रीति डी आ आलू कट्टण, ते गुरमेहर किथे चांडी पहाड़ ते ओए बा ठीक आ, चढ़ जाओ चढ़ जाओ चढ़ जाओ। इधर मम्मी जी बैठे आ, इधर बैठे आ डैडी जी। ते बाकी सारिआं नूं गुड मॉर्निंग सवेर दी सारिआं वल्लों, गुड मॉर्निंग जी, गुड मॉर्निंग। बाकी ना कमेंट बड़ा आ रहा, एक बहुत ज्यादा ही आ रहा वा। ए व्लॉग जिहड़ा वा ओह कमेंट वास्ते लगा आ बन, कि तुसीं सारे जाणे जिहड़ा आ अपनी भूआ जी दा पोता वेखण नहीं गए। मेरे ते मामी जी लगदे आ, मेरे मामी जी दा पोता ते प्रीत दे भूआ जी दा पोता, इधरों भी भूआ जी दा पोता, भूआ सस दा पोता, इन्ने जाणिआं दा पोता होवे ते वेखण ना जाइए, ए हो ही नहीं सकदा। मम्मी दस्यो गए ही तुसीं कि नहीं? हां जी अहीं वेखण गए हां पापा। किद्दण? उसे दिन अहीं गए हां। किद्दण होया ही? उधर उसे दिन ही गए के? नहीं उसे दिन अहीं गए देखण। जिद्दण होया उद्दण ही, हैना? उद्दण ही रात नूं ही जांदे। ते मैं भी गया आ, मम्मी गए आ नाल, बहुत ही इधर भी मम्मी गए आ। ए वाले मम्मी नाल भी फोटो खिंची आ, वो आ जिहड़ी थल्ले फोटो मैं लाई आ, वो वाली फोटो तुसीं वेख सकदे जे। बाकी जिहड़ी मेरे नाल फोटो खिंची आ, मैं भी अपनी फोटो इंस्टाग्राम ते भी पाई ही, ते भाभी जी भी नाल गए ही। ਗੱਲ ਪਤਾ ਕੀ ਆ, ਗੱਲ ਇਹ ਆ ਵੀ ਤੂੰ ਵੀਡੀਓ ਪਾਏਗਾ ਤਾਂ ਫੇਰ ਸਬੂਤ ਹੋਣਾ ਵਾ। ਆ ਵੀਡੀਓ ਮੈਂ ਤਾਂ ਹੀ ਲੱਗਾ ਪਾਉਣ, ਨਾਲ ਮੈਂ ਫੋਟੋਆਂ ਲਾ ਦੇਣੀਆਂ ਵਾ ਕਿ ਅਸੀਂ ਗਏ ਸੀ ਭਰਾਓ ਵੇਖਣ ਗਏ ਸੀ, ਨਾ ਕਮੈਂਟ ਕਰੋ। ਹਾਂਜੀ ਆ ਜਾਓ, ਇੱਕ ਵਾਰੀ ਦੱਸ ਦਿਓ ਸਾਰਿਆਂ ਨੂੰ ਵੀ ਕੀ ਹੋਇਆ, ਆਪਾਂ ਵੇਖਣ ਗਏ ਆ ਕਿ ਜਾਂ ਨਹੀਂ ਵੇਖਣ ਗਏ ਪੋਤਾ। ਯਾਰ ਗੱਲ ਪਤਾ ਕੀ ਆ, ਸਬੂਤ ਤਾਂ ਹੁੰਦਾ ਵਾ ਜੇ ਵੀਡੀਓ ਬਣੇ ਤੇ, ਹੈਂ ਤੇ ਵੀਡੀਓ ਬਣਾਉਣ ਦੇ ਉੱਤੇ ਪਹਿਲਾ ਹੱਕ ਉਹਦਾ ਵਾ ਜਿਹਦੇ ਘਰ ਬੱਚਾ ਹੋਇਆ। ਹਾਂਜੀ ਠੀਕ ਆ, ਕਿਉਂ? ਕਿਉਂਕਿ ਉਹਦਾ ਆਲਰੇਡੀ ਚੈਨਲ ਹੈਗਾ, ਅਸੀਂ ਉੱਥੇ ਜਾ ਕੇ ਆਪਣੀ ਵੀਡੀਓ ਆਪਣਾ ਕੈਮਰਾ ਚੁੱਕ ਕੇ ਤੁਰੇ ਫਿਰੀਏ, ਅਸੀਂ ਵੈਸੇ ਚੰਗੇ ਨਹੀਂ ਲੱਗਦੇ। ਲਓ 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 ਲਓ, ਹੋਰ ਸੁਣੀ ਹੋ ਤੇ ਇਸੇ ਕਰਕੇ ਅਸੀਂ ਉੱਥੇ ਜਾ ਕੇ ਕੈਮਰਾ ਚੁੱਕ ਕੇ ਚੰਗੇ ਨਹੀਂ ਲੱਗਦੇ, ਇਸ ਕਰਕੇ ਵੀਡੀਓ ਬਣਾਉਣ ਦਾ ਪਹਿਲਾ ਹੱਕ ਜਿਹੜਾ ਉਹ ਸ਼ੇਰੇ ਦਾ ਸੀ, ਤੇ ਉਹਨਾਂ ਨੇ ਵੀਡੀਓ ਬਣਾਈ ਨਹੀਂ ਆ। ਪਰ ਹੁਣ ਉਹ ਅਲੱਗ ਗੱਲ ਆ ਕਿ ਉਹਨਾਂ ਨੇ ਸਾਡੇ ਗਿਆਂ ਦਾ ਕਲਿੱਪ ਨਹੀਂ ਲਿਆ, ਇਹਦੇ ਵਿੱਚ ਹੁਣ ਸਾਡਾ ਕਸੂਰ ਥੋੜਾ ਵਾ ਕਿ ਜਾਂ ਅਸੀਂ ਅਗਲਿਆਂ ਨੂੰ ਆਖਣਾ ਕਿ ਨਹੀਂ ਯਾਰ ਸਾਡੀ ਵੀਡੀਓ ਬਣਾਓ ਹੀ ਬਣਾਓ, ਇਹ ਤੇ ਅਗਲੇ ਤੇ ਡਿਪੈਂਡ ਆ ਉਹਨੇ ਬਣਾਉਣੀ ਆ ਜਾਂ ਨਹੀਂ ਬਣਾਉਣੀ। ਹਾਂ ਸਾਡੇ ਹੱਥ ਹੁੰਦਾ ਅਸੀਂ ਜ਼ਰੂਰ ਬਣਾਉਂਦੇ, ਸਭ ਨੂੰ ਸ਼ੋਅ ਕਰਦੇ, ਚਲੋ ਸਾਨੂੰ ਖੁਸ਼ੀ ਹੋਈ ਆ ਅਸੀਂ ਫੋਟੋਆਂ ਵਗੈਰਾ ਉਹਦੇ ਨਾਲ ਲਈਆਂ ਨੇ, ਤੇ ਜਿੰਨਾ ਸਾਡੇ ਹੱਥ ਵਿੱਚ ਹੀ ਅਸੀਂ ਆਪਣਾ ਕੀਤਾ। ਪਰ ਇੱਦਾਂ ਸਿਰਫ ਕਿ ਹਾਂ ਵੀ ਅਸੀਂ ਵੀਡੀਓ ਨਹੀਂ ਪਾਈ ਤੇ ਅਸੀਂ ਵੇਖਣ ਨਹੀਂ ਗਏ, ਅਸੀਂ ਪਿਆਰ ਨਹੀਂ ਕਰਦੇ, ਇਹ ਉਹ, ਯਾਰ ਆ ਕੋਈ ਗੱਲਾਂ ਨਹੀਂ ਹੋਈਆਂ, ਕੋਈ ਮਜ਼ਾ ਨਹੀਂ ਬਣਦਾ। ਬਾਕੀ ਏਡੀ ਛੇਤੀ ਬਲੇਮ ਨਾ ਕਰਿਆ ਕਰੋ, ਅਸੀਂ ਤੇ ਉੱਥੇ ਨਹੀਂ ਚੱਲ ਗਏ ਉਸੇ ਟਾਈਮ। ਨਹੀਂ ਰਿਸ਼ਤੇਦਾਰੀ ਰਿਸ਼ਤੇਦਾਰੀ ਕਿਤੇ ਜਾਣਾ ਨਹੀਂ ਯਾਰ, ਇੰਨੀ ਨਜ਼ਦੀਕ ਦੀ ਰਿਸ਼ਤੇਦਾਰੀ ਹੋਵੇ ਤਾਂ ਪਤਾ ਜਾਈਏ ਕਿਉਂ ਨਾ। ਵੀਡੀਓ ਸਾਨੂੰ ਵੀਡੀਓ ਹੀ ਜ਼ਰੂਰੀ ਨਹੀਂ ਹੋ ਗਈ ਯਾਰ, ਵੀਡੀਓ ਤੋਂ ਬਾਹਰ ਵੀ ਇੱਕ ਜ਼ਿੰਦਗੀ ਆ ਸਾਡੀ, ਇੱਕ ਨਿੱਜੀ ਜ਼ਿੰਦਗੀ ਵੀ ਹੈਗੀ ਆ, ਹਰੇਕ ਚੀਜ਼ ਨੂੰ ਵੀਡੀਓ 'ਚ ਹਰੇਕ ਚੀਜ਼ ਨੂੰ ਵੀਡੀਓ ਦੇ ਵਿੱਚ ਨਹੀਂ ਲਿਆ ਸਕਦੇ। ਉਹ ਤਾਂ ਹੈ ਹੀ ਆ, ਕਿਉਂਕਿ ਸਭ ਤੋਂ ਜ਼ਿਆਦਾ ਰਿਸ਼ਤੇਦਾਰੀਆਂ ਮਾਮੀ ਜੀ ਦੀਆਂ ਸਾਡੇ ਨਾਲ ਹੀ ਆ, ਮੇਰੇ ਮਾਮੀ ਜੀ ਆ, ਪ੍ਰੀਤ ਦੇ ਭੂਆ ਆ, ਮੇਰੇ ਵਿਚੋਲਣ ਵੀ ਆ, ਤੇ ਇਧਰ ਨਨਾਣ ਭਰਜਾਈ। ਨਹੀਂ ਬਹੁਤ ਵਧੀਆ ਲੱਗਦਾ ਸਾਨੂੰ ਭੈਣ ਭੂਆ ਨਹੀਂ, ਸਾਨੂੰ ਭੂਆ ਨੇ ਫੋਨ ਵੀ ਕਿੰਨੀ ਵਾਰੀ ਕੀਤਾ, ਅਸੀਂ ਵੀ ਭੂਆ ਨੂੰ ਫੋਨ ਕੀਤਾ, ਕਾਕੇ ਦਾ ਨਾਮ ਪੁੱਛਿਆ, ਕਾਕੇ ਦਾ ਨਾਮ ਬਾਰੇ ਪੁੱਛਿਆ, ਵੀ ਜਾਣਾ ਵਾ ਵੇਖਣ। ਨਹੀਂ ਜਿਹੜੇ ਰਹਿੰਦੇ ਜੀ, ਮੈਂ ਨਹੀਂ ਸੀ ਗਈ ਉਦੋਂ, ਅੱਜ ਮੈਂ ਜਾਣਾ ਕਿਉਂਕਿ ਉਹ ਘਰੇ ਆ ਚੁੱਕੇ ਨੇ, ਉਹ ਘਰੇ ਆ ਗਿਆ ਹੁਣ, ਪ੍ਰੀਤ ਵੀ ਨਹੀਂ ਗਈ, ਮੈਂ ਵੀ ਨਹੀਂ ਗਿਆ, ਡੈਡੀ ਵੀ ਨਹੀਂ ਗਏ ਅਜੇ, ਕਿਉਂਕਿ ਫਿਰ ਜੇ ਘਰੋਂ ਸਾਰਿਆਂ ਨੇ ਜਾਣਾ, ਚਾਰ ਜਾਣੇ ਗਏ ਸਾਰਿਆਂ ਕੋਲੋਂ, ਤਾਂ ਜਾਇਆ ਨਹੀਂ ਜਾਣਾ, ਜੋੜੀ ਤੋਂ ਇੱਕ ਇੱਕ ਜਾਣਾ ਗਿਆ ਵਾ, ਸਾਰੀਆਂ ਜੋੜੀਆਂ ਦੇ ਇੱਕ ਇੱਕ ਜਾਣਾ ਗਿਆ, ਸਾਰੀਆਂ ਜੋੜੀ, ਬਾਕੀ ਵੀ ਕਿਤੇ ਆ ਕਿਉਂ, ਮੰਮੀ ਕਮਾਂ ਵਾਲੇ ਮੰਮੀ ਡੈਡੀ ਜੋ ਮੰਮੀ ਗਏ, ਵਰਿਆਂ ਵਾਲੇ ਮੰਮੀ ਡੈਡੀ ਜੋ ਮੰਮੀ ਗਏ, ਨਹੀਂ ਇਹ ਪਹਿਲੀ ਸਲਾਹ ਦੀ ਜੋ ਭਾਬੀ ਜੀ ਤੇ ਤੈਨੂੰ ਮੇਰੇ ਚ ਤੁਸੀਂ ਹੈਨਾ, ਨਾਲ ਗੁਰਮੇਹਰ ਵੀ ਗਈ, ਅੱਛਾ ਮੇਹਰ ਗਈ ਕਰਨ ਨਹੀਂ ਗਿਆ, ਮੇਹਰ ਗਈ ਕਰਨ ਨਹੀਂ ਗਿਆ, ਤੇ ਇਦਾਂ ਦਾ ਕੁਝ ਨਹੀਂ ਹੁੰਦਾ ਯਾਰ, ਐਵੇਂ ਸਿਰਫ ਮਨਘੜਤ ਗੱਲਾਂ ਨਾ ਬਣਾਈ ਜਾਇਆ ਕਰੋ, ਅਸੀਂ ਬਣਾਉਣਾ ਨਹੀਂ ਚਾਹੁੰਦੇ, ਪਰ ਬਹੁਤ ਜ਼ਿਆਦਾ ਕਮੈਂਟ ਤੁਸੀਂ ਹੇਟ ਕਰਦੇ ਜੇ, ਤੁਸੀਂ ਤਾਂ ਅਲੱਗ ਹੀ ਰਹਿਣਾ ਚਾਹੁੰਦੇ, ਤੁਹਾਨੂੰ ਖੁਸ਼ੀ ਨਹੀਂ ਹੋਈ, ਤੁਹਾਨੂੰ ਖੁਸ਼ੀ ਨਹੀਂ ਹੋਈ, ਇਹ ਉਹ ਮਤਲਬ ਹਾਰ ਕੇ ਬਣਾਉਣਾ ਪਿਆ, ਹਾਰ ਕੇ ਅਸੀਂ ਕਰਨਾ ਹੀ ਨਹੀਂ ਚਾਹੁੰਦੇ ਇਦਾਂ ਦਾ ਕੁਛ ਵੀ। ਨਾਲ ਤੁਹਾਨੂੰ ਪਤਾ ਜਿੱਦਾਂ ਸਾਨੂੰ ਗੁਰਮੇਹਰ ਤੇ ਕਰਨ ਦੀ ਖੁਸ਼ੀ ਹੋਈ ਹੈ ਨਾ, ਕਰਨ ਹੋਣਾ ਦੇ ਆਉਣ ਦੀ, ਇਸ ਤੋਂ ਵੱਧ ਸਾਨੂੰ ਉਹਨਾਂ ਦੀ ਖੁਸ਼ੀ ਹੈ ਕਿ ਸਾਡੀ ਭੂਆ ਦਾ ਛੋਟਾ ਜਿਹਾ ਬੱਚਾ ਆਇਆ ਨਿੱਕਿਆ ਦਿਨਾਂ ਬਾਅਦ, ਬਹੁਤ ਖੁਸ਼ੀ ਹੈ, ਗੱਲ ਦੀ ਛੁੱਟੀ ਮਿਲੀ ਹੈ। ਬਾਕੀ ਸਾਡੇ ਸਾਰਿਆਂ ਵੱਲੋਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਆ,
ਤੇ ਬੜੀ ਦਿਲੋਂ ਖੁਸ਼ੀ ਹੋਈ ਬਹੁਤ ਵਧੀਆ ਹੋਇਆ ਬੜਾ ਵਧੀਆ ਕੀਤਾ ਬਾਬਾ ਜੀ ਨੇ ਜਿਨ੍ਹਾਂ ਨੇ ਵਧਾਈਆਂ ਦਿੱਤੀਆਂ ਉਹਨਾਂ ਨੂੰ ਵੀ ਥੈਂਕ ਯੂ ਕਰ ਦੋ ਨਾ ਜਿਨ੍ਹਾਂ ਨੇ ਕਮੈਂਟ ਕੀਤੇ ਉਹਨਾਂ ਨੂੰ ਤੇ ਰਿਪਲਾਈ ਕਰ ਦੋ ਹਾਂਜੀ ਉਹਨਾਂ ਦਾ ਵੀ ਬਹੁਤ ਬਹੁਤ ਥੈਂਕ ਯੂ ਜਿਨ੍ਹਾਂ ਨੇ ਵਧਾਈਆਂ ਦਿੱਤੀਆਂ ਉਹਨਾਂ ਨੂੰ ਵੀ ਬਹੁਤ ਬਹੁਤ ਤੁਹਾਨੂੰ ਵੀ ਵਧਾਈਆਂ ਹਾਂਜੀ ਬਹੁਤ ਕਮੈਂਟ ਆਏ ਤਕਰੀਬਨ ਮੇਰੀ ਵੀਡੀਓ ਦੇ ਵਿੱਚ ਵੀ ਬੜੇ ਕਮੈਂਟ ਆਏ ਸੀਗੇ ਤੁਹਾਡੇ ਭੂਆ ਜੀ ਦੇ ਪੋਤਾ ਆਇਆ ਮੇਰੇ ਮਾਮੀ ਜੀ ਆ ਪ੍ਰੀਤ ਦੇ ਭੂਆ ਜੀ ਆ ਤੇ ਥੈਂਕ ਯੂ ਤੁਹਾਡਾ ਸਾਰਿਆਂ ਦਾ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੰਦੇ ਜੇ ਐਦਾਂ ਪਿਆਰ ਦਿੰਦੇ ਰਹੋ ਮਾਮੀ ਜੀ ਦੀ ਵਧਾਈਆਂ ਤੇ ਸਾਰਿਆਂ ਨੇ ਦੇਣਾ ਸਾਡੀ ਇਹ ਵੀ ਫੈਮਿਲੀ ਆ ਇਹ ਵੀ ਫੈਮਿਲੀ ਹੈ ਨਾ ਪ੍ਰੀਤ ਦੇ ਤੇ ਕਵਲ ਦੇ ਭੂਈ ਲੱਗਦੇ ਆ ਨਾ जी लगा रहा है सारा दिन हस खेड के जो काम करी दा बाकी चलो बहुत वधिया है जगत दीदी अपने वालों ही वधिया करदे आ बाकी तुहाडे उत्ते आ कि तुसीं उस वधिया नूं किस तरीके नाल लैणा बाकी कई व्लॉग आपां ਜਿੱਦਾਂ ਹੁਣ ਕਈ ਵਲੌਗ ਨਹੀਂ ਵੀ ਜ਼ਰੂਰੀ ਸਮਝੀਦੇ ਕਿ ਹਰ ਇੱਕ ਚੀਜ਼ ਦਾ ਵਲੌਗ ਨਹੀਂ ਚੰਗਾ ਲੱਗਦਾ ਅਸੀਂ ਤੁਹਾਡੇ ਨਾਲ ਜਿਵੇਂ ਹੁਣ ਘਰ ਬਣਾਉਣ ਨੇ ਆ ਆਪਣੇ ਘਰ ਦੀਆਂ ਛੋਟੀਆਂ ਛੋਟੀਆਂ ਮੂਵਮੈਂਟ ਸਾਂਝੀਆਂ ਕਰਦੇ ਆ ਉਹ ਇਸ ਕਰਕੇ ਕਿ ਇਹ ਨਹੀਂ ਕਿ ਯਾਰ ਅਸੀਂ ਰੱਬ ਵਾਂ ਅਸੀਂ ਕਈ ਚੀਜ਼ਾਂ ਤੁਹਾਡੇ ਕੋਲੋਂ ਸਿੱਖਦੇ ਆ ਕਈ ਚੀਜ਼ਾਂ ਸਾਨੂੰ ਤੁਹਾਡੇ ਕੋਲੋਂ ਸਿੱਖਣ ਨੂੰ ਮਿਲਦੀਆਂ ਜਿਵੇਂ ਹੁਣ ਅਸੀਂ ਘਾ ਲਾਇਆ ਸੀ ਤੇ ਘਾ ਦੇ ਵਿੱਚ ਤੁਸੀਂ ਸਾਰੇ ਜਣੇ ਆਖਿਆ ਸੀ ਕਿ ਉਹਦੇ ਵਿੱਚ ਇੱਕ ਛੋਟਾ ਜਿਹਾ ਰਸਤਾ ਜ਼ਰੂਰ ਬਣਾਓ ਕਿਉਂਕਿ ਬਰਸਾਤ ਦੇ ਮੌਸਮ ਦੇ ਵਿੱਚ ਵੇਲੇ ਕਵੇਲੇ ਦੇ ਜਾਂ ਰਾਤ ਨੂੰ ਤੁਸੀਂ ਉਹ ਰਸਤੇ ਦੇ ਉੱਤੇ ਤੁਰ ਸਕੋ ਤੇ ਮੈਂ ਵਾਕਿਆ ਇਹ ਗੱਲ ਵਿੱਕੀ ਨਾਲ ਕਰਨਿਆ ਸੀ ਯਾਰ ਬਹੁਤ ਸਹੀ ਗੱਲ ਆ ਇਹ ਆਹ ਚੀਜ਼ ਨੂੰ ਅਸੀਂ ਸੋਚਿਆ ਹੀ ਨਹੀਂ ਅਸੀਂ ਸਾਰਾ ਕੁਝ ਸਾਂਝਾ ਕਰਦੇ ਹਾਂ ਸਾਨੂੰ ਬੜੀਆਂ ਕੰਮ ਦੀਆਂ ਚੀਜ਼ਾਂ ਜਿਹੜੀਆਂ ਤੁਹਾਡੇ ਕੋਲੋਂ ਸਿੱਖਣ ਨੂੰ ਮਿਲਦੀਆਂ ਆ ਕਈ ਚੀਜ਼ਾਂ ਕਈ ਸਾਡੇ ਕੋਲੋਂ ਤੁਹਾਨੂੰ ਸਿੱਖਣ ਨੂੰ ਮਿਲਦੀਆਂ ਨੇ ਕਈ ਤੁਹਾਡੇ ਕੋਲੋਂ ਸਾਨੂੰ ਸਿੱਖਣ ਨੂੰ ਮਿਲਦੀਆਂ ਆ ਤੇ ਚਲੋ ਇਦਾਂ ਹੀ ਆ ਸਾਰਿਆਂ ਨੂੰ ਜਾਣਕਾਰੀ ਜਿਹੜੀ ਆ ਸਾਂਝੀ ਕਰਨੀ ਚਾਹੀਦੀ ਆ ਗੁਰਮੇਹਰ ਡੈਡੀ ਨਾਲ ਗੱਲਾਂ ਕਰਨੀ ਸੀ ਗੁਰਮੇਹਰ ਤੁਸੀਂ ਵੀ ਦੱਸ ਦਿਓ ਕਿ ਮੈਂ ਵੀ ਗਿਆ ਸੀ ਗਏ ਸੀ ਹਾਂ ਗਏ ਸੀ ਤੁਸੀਂ ਵੀ ਗਏ ਸੀ सुती रही बाकी मम्मी हाडे भी नाल गए किदा दा लगा फिर काका है सोना लगा चुकया भी हां ते चुकना ते हैगा ही दस चलो ठीक है फिर बाय बाय कर दो सारे नो ओके जी बाय थैंक यू ਤੁਹਾਡਾ ਸਾਰਿਆਂ ਦਾ।